ਪ੍ਰੋਗਰਾਮ ਟੌਰ ਪੰਜਾਬੀ ਦੇ ਵਿੱਚ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਜਾਨੀ ਕਿ ਜਤਿੰਦਰ ਨੱਜਰ ਵੱਲੋਂ ਆਪ ਸਭ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਹੁਤ ਹੀ ਅੱਛੇ ਹੋਸਟ ਬੜੇ ਹਰਮਨ ਪਿਆਰੇ ਇਨਸਾਨ ਰਿਸ਼ਪਾਲ ਗਿਲਜੀ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਟੈਲੀਵਿਜ਼ਨ ਪ੍ਰੋਗਰਾਮ ਦੇ ਵਿੱਚ ਦੇਖਿਆ ਬਹੁਤ ਸਾਰੇ ਸਟੇਜ ਸ਼ੋਅ ਵਗੈਰਾ ਤੇ ਵੀ ਦੇਖਿਆ ਤੇ ਅੱਜ ਕੱਲ ਇਹਨਾਂ ਦਾ YouTube ਚੈਨਲ ਵੀ ਹੈ ਜਿੱਥੇ ਬਹੁਤ ਪ੍ਰਭਾਵਸ਼ਾਲੀ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਨੇ ਸਾਡੇ ਚੰਗੇ ਭਾਗ ਨੇ ਕਿ ਅੱਜ ਇਹਨਾਂ ਨੇ ਸਾਡੇ ਵਾਸਤੇ ਵੀ ਕੀਮਤੀ ਸਮਾਂ ਕੱਢਿਆ ਅੱਜ ਉਹਨਾਂ ਨਾਲ ਗੱਲਾਂ ਬਾਤਾਂ ਹੋਵेंगी ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਥੈਂਕ ਯੂ ਜਤਿੰਦਰ ਜੀ ਤੁਹਾਨੂੰ ਤੇ ਤੁਹਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਟੌਰ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਤੇ ਸਤਿ ਸ੍ਰੀ ਅਕਾਲ ਅਰਸ਼ਪਾਲ ਜੀ ਜਿਵੇਂ ਕਿ ਲਸ਼ਕਾਰਾ ਵਾ ਵਾ ਮੈਂ ਜ਼ਿਕਰ ਕੀਤਾ ਬਹੁਤ ਸ਼ਾਨਦਾਰ ਤੁਸੀਂ ਪ੍ਰੋਗਰਾਮ ਕੀਤਾ ਤੇ ਸ਼ਮੀ ਚਾਹ ਜੋਹਰਾਂ ਦੇ ਨਾਲ ਹਾਂਜੀ ਫਿਰ ਅੱਜਕਲ ਤੁਸੀਂ ਆਪਣਾ YouTube ਚੈਨਲ ਵੀ ਆ ਜਿਹਦੇ ਉੱਤੇ ਤੁਸੀਂ ਬਹੁਤ ਗੰਭੀਰ ਮਸਲਿਆਂ ਤੇ ਗੱਲਬਾਤ ਕਰਦੇ ਹੋ ਕਿਵੇਂ ਚੱਲ ਰਿਹਾ ਅੱਜਕਲ ਨਵੀਆਂ ਚੀਜ਼ਾਂ ਦਾ ਉਹਦੇ ਬਾਰੇ ਥੋੜਾ ਜਿਹਾ ਮੈਂ ਚਾਹਾਂਗਾ ਕਿ ਤੁਸੀਂ ਬਰੀਫ ਦੇ ਵਿੱਚ ਦੱਸੋ ਹਾਂਜੀ ਜਤਿੰਦਰ ਜੀ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਮੇਰਾ Facebook ਜਿਹੜਾ ਪੇਜ ਹੈਗਾ ਆ ਜੀ ਜੀ ਉਹਦੇ ਤੇ ਕਿਉਂਕਿ ਅੱਜਕਲ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਜਮਾਨਾ ਆ ਜੀ ਜੀ ਤੇ ਮੈਂ ਚਾਹਦੀ ਸੀ ਕਿ ਮੇਰੀ ਆਵਾਜ਼ ਜੋ ਵੀ ਮੈਂ ਕਹਿਣਾ ਚਾਹੁੰਦੀ ਆ ਆਪਣੀਆਂ ਮੋਟੀਵੇਸ਼ਨਲ ਸਟੋਰੀਜ਼ ਨੂੰ ਲੈ ਕੇ ਜਾਂ ਕੁਝ ਵੀ ਮੇਰੇ ਦਿਲ ਦੇ ਵਿਊਜ਼ ਹੈਗੇ ਆ ਮੈਂ ਉਹਨਾਂ ਨੂੰ ਲੈ ਕੇ ਇੱਕ ਫੇਸਬੁੱਕ ਪੇਜ ਬਣਾਇਆ ਆਪਣਾ ਰਿਸ਼ਪਾਲ ਗਿੱਲ ਦੇ ਨਾਂ ਤੇ ਤੇ ਉਹਦੇ ਵਿੱਚ ਮੈਂ ਜੋ ਵੀ ਮੇਰਾ ਜੀ ਕਰਦਾ ਆ ਮੋਟੀਵੇਸ਼ਨਲ ਸਟੋਰੀਜ਼ ਹੋ ਗਈਆਂ ਜਾਂ ਕੋਈ ਵੀ ਮੋਟੀਵੇਸ਼ਨਲ ਸਪੀਚ ਦੇਣੀ ਆ ਉਹ ਮੈਂ ਸਟਾਰਟ ਕੀਤੀ ਆ ਤੇ ਮੈਨੂੰ ਦਰਸ਼ਕਾਂ ਦਾ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਬਹੁਤ ਪਰਮਾ ਹੰਗਾਰ ਮਿਲ ਰਿਹਾ ਕਿੰਨਾ ਕੁ ਰਿਸਪੌਂਸ ਜਿਵੇਂ ਕਿ ਮੈਂ ਦੇਖਿਆ ਸੀ ਕੁਝ ਸਟੂਡੈਂਟਸ ਦੀ ਵੀ ਤੁਸੀਂ ਮਦਦ ਕੀਤੀ ਹੈ ਉਹਦੇ ਵਿੱਚ ਤੁਹਾਨੂੰ ਕਿਹੋ ਜਿਹਾ ਰਿਸਪੌਂਸ ਮਿਲਿਆ ਜਿਵੇਂ ਕਿ ਮਾਫ ਕਰਨਾ ਤੁਸੀਂ ਕਹ ਦਿੱਤਾ ਕਿ ਪਰ ਮਹੰਗਾਰਾ ਮਿਲ ਰਿਹਾ ਮੈਂ ਵੀ ਉਸ ਉਹਦੇ ਨਾਲ ਫਰੈਂਡ ਆ ਤੁਹਾਡਾ ਮੈਂ ਦੇਖਦਾ ਜੋ ਜੋ ਵੀ ਉਹਦਾ ਆਉਂਦਾ ਪਰ ਫਿਰ ਵੀ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਇਹਦੇ ਵਿੱਚ ਹੋਰ ਵੀ ਕਮਿਊਨਿਟੀ ਨੂੰ ਕੁਝ ਹੋਰ ਯੋਗਦਾਨ ਪਾਉਣਾ ਚਾਹੀਦਾ ਤੁਹਾਡਾ ਸਹਿਯੋਗ ਦੇਣਾ ਚਾਹੀਦਾ ਜਾਂ ਵੇ ਅਨਾਫਿਆ ਜਾਂ ਹੋਰ ਬਹੁਤ ਸਾਰੀਆਂ ਸੁਸਾਇਟੀਆਂ ਜਾਂ ਬਹੁਤ ਸਾਰੇ ਲੋਕ ਇਦਾਂ ਦੇ ਅਪਰਾਲੇ ਕਰ ਰਹੇ ਆ ਥੈਂਕ ਯੂ ਫਾਰ ਥਿਸ ਕੁਐਸਚਨ ਜੁਤਿੰਦਰ ਜੀ ਜਿਹੜੇ ਸਟੂਡੈਂਟਸ ਦੀ ਹੈਲਪਲਾਈਨ ਲਈ ਮੈਂ ਸਟਾਰਟ ਕੀਤਾ ਸੀਗਾ ਉਹ ਹੈਗੀ ਆ ਇੱਕ ਸਟ੍ਰੇਟ ਹੈਲਪਲਾਈਨ ਨੇ ਆ ਜਿਹਦੇ ਵਿੱਚ ਸਿੱਧਾ ਨੰਬਰ ਦਿੱਤਾ ਆ ਅਸੀਂ ਫੋਨ ਨੰਬਰ 7788479620 77884796b ਕਿ ਸਟੂਡੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਉਹ ਸਿੱਧੇ ਸਾਡੇ ਨਾਲ ਅਪਰੋਚ ਕਰਨ ਸਪੈਸ਼ਲੀ ਸਾਡੀਆਂ ਬੇਟੀਆਂ ਦੇ ਲਈ ਆ ਕਿਉਂਕਿ ਉਹ ਖੁੱਲ ਕੇ ਮੈਂ ਦੇਖਿਆ ਜਦੋਂ ਦੀ ਅਸੀਂ ਥੋੜਾ ਕਿਚਰ ਹੋਇਆ ਹੈ ਹਲੇ ਮਹੀਨਾ ਖੋਇਆ ਸਟਾਰਟ ਕੀਤੀ ਨੂੰ ਬੱਚੀਆਂ ਇੰਨੀਆਂ ਕੰਫਰਟੇਬਲ ਹੋ ਕੇ ਮੇਰੇ ਨਾਲ ਗੱਲ ਕਰਦੀਆਂ ਆ ਸ਼ਾਇਦ ਪਤਾ ਨਹੀਂ ਕਾ ਤੇ ਮੈਂ ਮੀਨਸ লেਡੀ ਇੱਕ লেਡੀ ਦੇ ਨਾਲ ਖੁੱਲ ਕੇ ਗੱਲ ਕਰ ਸਕਦੀ ਆ ਸੋ ਬਹੁਤ ਐਕਚੁਅਲੀ ਗੁੱਡ ਮਹਿਸੂਸ ਹੋ ਰਿਹਾ ਹੈ ਬੱਚੀਆਂ ਦਾ ਵੀ ਬੱਚਿਆਂ ਦਾ ਵੀ ਐਕਚੁਅਲੀ ਲੜਕਿਆਂ ਦਾ ਵੀ ਬਹੁਤ ਕਾਲਸ ਆndੀਆਂ ਆ ਤੇ ਬਹੁਤ ਖੁਸ਼ੀ ਹੁੰਦੀ ਆ ਮਾਨੂੰ ਉਹਨਾਂ ਦੀ ਗੱਲ ਸੁਣ ਕੇ ਤੇ ਉਹਨਾਂ ਨੂੰ ਕੋਈ ਨਾ ਕੋਈ ਸੋਲੂਸ਼ਨ ਦੇ ਕੇ ਸੋ ਇੱਕਦਮ ਤੁਸੀਂ ਗੰਭੀਰ ਪਾਸੇ ਚਲੇ ਗਏ ਇਹਦਾ ਕੋ ਖਾਸ ਕਾਰਨ ਜਾਂ ਵੈਸੇ ਹੀ ਕੋ ਮਨ ਦੇ ਵਿੱਚ ਹੀ ਖਿਆਲ ਆਇਆ ਕਿ ਵੀ ਹੁਣ ਇਹ ਚੀਜ਼ ਵੀ ਕਰ ਲਈਏ ਜਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਸੀਂ YouTube ਸੋਸ਼ਲ ਮੀਡੀਆ ਵਗੈਰਾ ਤੇ ਦੇਖਦੇ ਸਕੇ ਹਾਂਜੀ ਜਤਿੰਦਰ ਜੀ ਇਦਾਂ ਆ ਕਿ ਨੇ ਕਿ ਜ਼ਿੰਦਗੀ ਦੇ ਬਹੁਤ ਸਾਰੇ ਰੰਗ ਆ ਜੇਕਰ ਅਸੀਂ ਸਿਰਫ ਐਂਟਰਟੇਨਮੈਂਟ ਕਰੀ ਜਾਈਏ ਤਾਂ ਜਿਹੜੀਆਂ ਸਾਡੀਆਂ ਹੋਰ ਬਾਕੀ ਸਮਾਜ ਦੇ ਪ੍ਰਤੀ ਜ਼ਿੰਮੇਵਾਰੀਆਂ ਆ ਉਹਨਾਂ ਨੂੰ ਅਸੀਂ ਅਣਦੇਖਿਆ ਨਹੀਂ ਕਰ ਸਕਦੇ ਹੈਗੇ ਸੋ ਜਿਹੜੀ ਆਪਾਂ ਮੈਂ ਥੋੜੀ ਗੰਭੀਰ ਪਾਸੇ ਨੂੰ ਹੋ ਗਈ ਸੀ ਇਹ ਹੈਗਾ ਆ ਕਾਰਨ ਇਹਦਾ ਜਿਆਦਾ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਤੇ ਕਈ ਹੋਰ ਟੀਵੀ ਪ੍ਰੋਗਰਾਮ ਵੀ ਐਕਚੁਅਲੀ ਕਈ ਹੈਗੇ ਐ ਇਦਾਂ ਦੇ ਜਿਹਦੇ ਵਿੱਚ ਜ਼ਿਆਦਾ ਨੈਗੇਟਿਵ ਨੈਗੇਟਿਵਿਟੀ ਨੂੰ ਜ਼ਿਆਦਾ ਪ੍ਰਚਾਰ ਕੀਤਾ ਜਾਂਦਾ ਹੈ ਉਹਦਾ ਸੋ ਇਹੀ ਸੋਸ਼ਲ ਮੀਡੀਆ ਤੇ ਕਈ ਡਿਸਟਰਬਿੰਗ ਵੀਡੀਓ ਕਲਿਪਸ ਸੀਗੇ ਸਪੈਸ਼ਲੀ ਸਾਡੀਆਂ ਬੱਚੀਆਂ ਨੂੰ ਲੈ ਕੇ ਪੰਜਾਬ ਤੋਂ ਜਿਹੜੀਆਂ ਇੱਥੇ ਆ ਰਹੀਆਂ ਪੜਾਈਆਂ ਕਰਕੇ ਇੱਥੇ ਮਿਹਨਤ ਕਰਦੀਆਂ ਆ ਸੈਟਲ ਹੁੰਦੀਆਂ ਆਪਣੇ ਪੇਰੈਂਟਸ ਨੂੰ ਉਹ ਬੁਲਾਉਂਦੀਆਂ ਆ ਉਨਾਂ ਨੂੰ ਲੈ ਕੇ ਥੋੜੀਆਂ ਜੀਆਂ ਕਾਫੀ ਡਿਸਟਰਬਿੰਗ ਜੜੀਆਂ ਸਿਗੀਆਂ ਵੀਡੀਓ ਕਲਿੱਪਸ ਸ਼ੇਅਰ ਕੀਤੀਆਂ ਗਈਆਂ ਲੋਕਾਂ ਵੱਲੋਂ ਵੀ ਅੰਨੇਵਾਹ ਬਿਨਾ ਸੋਚਿਆ ਪਏ ਇਹਦਾ ਕੀ ਕਿਸੇ ਦੀ ਫੈਮਲੀ ਦੇ ਉੱਤੇ ਅਸਰ ਹੋ ਸਕਦਾ ਕਿਸੇ ਲੜਕੀ ਦੀ ਲਾਈਫ ਤੇ ਕੀ ਅਸਰ ਹੋ ਸਕਦਾ ਆ ਕਿਉਂਕਿ ਜੇ ਅਸੀਂ ਪੰਜਾਬੀ ਅਣਖਾਂ ਵਾਲੇ ਲੋਕ ਆ ਤੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਕਈ ਵਾਰੀ ਬੱਚੀ ਦੀ ਐਦਾਂ ਦੀ ਵੀਡੀਓ ਦੇਖ ਕੇ ਕਈ ਪਰਿਵਾਰ ਫਾਹੇ ਲਾਂਦੇ ਆ ਪੇ ਹੋ ਗਿਆ ਭਰਾ ਹੋ ਗਿਆ ਪਰ ਪਰਿਵਾਰਾਂ ਦੇ ਪਰਿਵਾਰ ਉੱਜੜ ਜਾਂਦੇ ਆ ਸੋ ਇਹੀ ਮੈਂ ਮੈਸੇਜ ਸਾਰਿਆਂ ਨੂੰ ਦੇਣਾ ਚਾਹਦੀ ਸੀਗੀ ਕਿ ਨੈਗੇਟਿਵਿਟੀ ਨੂੰ ਨਹੀਂ ਜਿਆਦਾ ਪੋਜ਼ਿਟਿਵਿਟੀ ਨੂੰ ਫਲਾਣਾ ਚਾਹੀਦਾ ਹੈ ਅਸੀਂ ਸਾਡਾ ਸਮਾਜ ਦੇ ਪ੍ਰਤੀ ਇੱਕ ਫਰਜ਼ ਹੈਗਾ ਆ ਸੋ ਕਿਉਂਕਿ ਜਦੋਂ ਵੀ ਕੋਈ 100 ਦੇ ਵਿੱਚੋਂ ਜੇ 10 ਬੱਚੇ ਗਲਤ ਹੋ ਜਾਂਦੇ ਆ ਤਾਂ ਅਸੀਂ ਉਹ 10ਾਂ ਦਾ ਪ੍ਰਚਾਰ ਜਿਆਦਾ ਕਰਦੇ ਆ ਤੇ ਬਾਕੀ ਜਿਹੜੇ 90 ਬੱਚੇ ਆ ਠੀਕ ਠਾਕ ਆ ਉਹਨਾਂ ਦੀ ਲਾਈਫ ਤੇ ਕੀ ਪ੍ਰਭਾਵ ਪੈਂਦਾ ਆ ਉਸ ਜਿਹੜਾ ਪ੍ਰਚਾਰ ਅਸੀਂ ਗਲਤ ਕੀਤਾ ਆ ਉਦੇ ਬਾਰੇ ਬਸ ਮੈਂ ਅਵੇਅਰਨੈਸ ਜਗਾਉਣਾ ਚਾਹਦੀ ਸੀ ਸੋ ਪਰ ਕੋਈ ਨਹੀਂ ਐਂਟਰਟੇਨਮੈਂਟ ਨਾਲ ਨਾਲ ਚੱਲ ਰਿਹਾ ਹੈ ਅੱਜ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੇ ਇਹ ਮੈਂ ਬਾਕੀ ਜਿਹੜਾ ਮੇਰਾ ਫੇਸਬੁੱਕ ਤੇ ਆ ਪ੍ਰਚਾਰ ਕਰਨ ਦਾ ਕੰਮ ਇਹ ਵੀ ਚੱਲਦਾ ਰਹੇਗਾ ਰਿਸ਼ਪਾਲ ਜੀ ਜਿਵੇਂ ਕਿ ਤੁਸੀਂ ਆ ਗੱਲ ਕੀਤੀ ਹੈ ਕਿ ਕੋਈ ਵੀ ਗਲਤ ਚੀਜ਼ ਆ ਜਾਂਦੀ ਹੈ ਜਾਂ ਕੋਈ ਬੰਦਾ ਗਲਤੀ ਕਰਦਾ ਹੈ ਉਹਨੂੰ ਫੇਸਬੁੱਕ ਦੇ ਉੱਤੇ YouTube ਵਗੈਰਾ ਤੇ ਉਸ਼ਾਲਿਆ ਜਾਂਦਾ ਔਰ ਥੱਲੇ ਲਿਖਿਆ ਜਾਂਦਾ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਿਲਕੁਲ ਵੀ ਦੇਖੋ ਭਲੇਓ ਜੇ ਕਿਸੇ ਬੰਦੇ ਨੇ ਗਲਤੀ ਕਰ ਲਈ ਆ ਉਹਨੂੰ ਇਹਨਾਂ ਨਾਲ ਛਾਲੋ ਕਿ ਜਿਸ ਨੇ ਗਲਤੀ ਕੀਤੀ ਹੈ ਉਹਨੇ ਤਾਂ ਕਰ ਲਈ ਬਾਕੀ ਅਸਰ ਉਹਦੇ ਪਰਿਵਾਰ ਦੇ ਉੱਤੇ ਜਾਂ ਹੋਰ ਉਹਦੇ ਜਿੰਨੇ ਵੀ ਰਿਸ਼ਤੇਦਾਰ ਆ ਟੋਟਲ ਸਮਾਜ ਦੇ ਉੱਤੇ ਕਿੰਨਾ ਪੈਂਦਾ ਬਕੇ ਮੈਂ ਗੱਲ ਕਹਿਣੀ ਚਾਹੁੰਦਾ ਸੀ ਅਕਸਰ ਮਹਿਫਲਾਂ ਦੇ ਵਿੱਚ ਜਾਂ ਦੋਸਤਾਂ ਮਿੱਤਰਾਂ ਨਾਲ ਤਾਂ ਸਾਂਝੀ ਕਰੀਦੀ ਆ ਪਰ ਅੱਜ ਕੁਦਰਤੀ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਜਿਹੜੀ ਹੋ ਗਈ ਸਾਡੇ ਲਈ ਵੀ ਇਹ ਗੱਲ ਚੰਗੀ ਹੋਈ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਬਹੁਤ ਵਧੀਆ ਇੱਕ ਐਸਪੈਕਟ ਵੀ ਹੈਗਾ ਕਿ ਤੁਸੀਂ ਆਪਣੀ ਵੋਇਸ ਜਿਹੜੀ ਆਵਾਜ਼ ਆ ਤੁਸੀਂ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕਦੇ ਆ ਜੀ ਜੀ ਪਰ ਕਈ ਲੋਕ ਇਹਦਾ ਯੂਜ਼ ਜ਼ਿਆਦਾ ਕਰ ਰਹਾ ਹੈ ਇਹਦਾ ਇਸਤੇਮਾਲ ਇਹਦਾ ਕਰ ਰਹਾ ਹੈ ਕਿ ਜਿੱਦਾਂ ਬਾਂਦਰ ਦੇ ਹੱਥ ਦੇ ਵਿੱਚ ਤੀਲਾਂ ਦੀ ਡੱਬੀ ਆ ਗਈ ਹੈ ਨਾ ਉਹ ਉਹਨੂੰ ਪਤਾ ਨਹੀਂ ਕੀ ਕਰ ਰਿਹਾ ਹੈ ਅਗਲਾ ਲਾ ਕੇ ਤਮਾਸ਼ੇ ਦੇਖ ਕੀ ਜਾ ਰਿਹਾ ਹੈ ਪਰ ਜਿਹਦਾ ਉਹਦਾ ਇੰਪੈਕਟ ਪੈਂਦਾ ਹੈ ਕਈ ਫੈਮਿਲੀਜ਼ ਦੇ ਉੱਤੇ ਉਹ ਸੋਚ ਨਹੀਂ ਰਹੀ ਸਾਨੂੰ ਸੋਚਣਾ ਚਾਹੀਦਾ ਹੈ ਕੋਈ ਵੀ ਗੱਲ ਸ਼ੇਅਰ ਕਰਨ ਤੋਂ ਪਹਿਲਾਂ ਤੇ ਜਤਿੰਦਰ ਜੀ ਹੁਣ ਮੇਰਾ ਖਿਆਲ ਪ੍ਰੋਗਰਾਮ ਮੈਂ ਥੋੜਾ ਜਿਹਾ ਆਪਾਂ ਜ਼ਿਆਦਾ ਗੰਭੀਰ ਵਾਲੇ ਪਾਸੇ ਲੱਗ ਹੈ ਤੇ ਹੁਣ ਮੈਂ ਤੁਹਾਨੂੰ ਰਿਕਵੈਸਟ ਕਰੂੰਗੀ ਕਿ ਤੁਸੀਂ ਐਨੇ ਵਧੀਆ ਗੀਤਕਾਰ ਹੋ ਮਿਹਰਬਾਨੀ ਬਦਿਆ ਬਦਿਆ ਸਿੰਗਰਾ ਨੇ ਤੁਹਾਡੇ ਇੱਕ ਗੀਤ ਗਾਏ ਆ ਤੇ ਮੈਂ ਆਪ ਤੁਹਾਡੀ ਬਹੁਤ ਫੈਨ ਆ ਹੁਣ ਮੈਂ ਚਾਹਾਂਗੀ ਕਿ ਸਾਡੇ ਪਰਿਵਾਰਾਂ ਨੂੰ ਤੁਸੀਂ ਦੋਕ ਲਾਈਨਾਂ ਸੁਣਾਓ ਜ਼ਰੂਰ ਦੇਖੋ ਰਿਸ਼ਪਾਲ ਜੀ ਕਿਉਂਕਿ ਸ਼ੰਮੀ ਚਾਜ ਮੇਰੇ ਮਿੱਤਰ ਆ ਉਹਨਾਂ ਦਾ ਵੀ ਸ਼ੇਰੋ ਸ਼ਾਇਰੀ ਨਾਲ ਕਾਫੀ ਲਗਾਇਆ ਤੁਸੀਂ ਵੀ ਸ਼ੇਰ ਬੋਲਦੇ ਰਹੇ ਆ ਹਾਂਜੀ ਸੋ ਈਵਨ ਇੰ ਦਾ ਰਾਏ ਕੋਟੀ ਸਾਹਿਬ ਜਸਵੀਰ ਗੁਣਾ ਚੋਰੀਆ ਜਿੰਨੇ ਵੀ ਪ੍ਰੋਗਰਾਮ ਦੇ ਹੋਸਟ ਆ ਹਾਂਜੀ ਸਾਰੇ ਰਾਈਟਰ ਹੀ ਆ ਸੋ ਨਹੀਂ ਸੋਰੀ ਮੈਂ ਤੁਹਾਨੂੰ ਟੋਕ ਰਹੀ ਆ ਜਿਹੜੇ ਮੈਂ ਸ਼ੇਅਰ ਬੋਲਦੀ ਸੀ ਨਾ ਮੈਨੂੰ ਚੇਤੇ ਚੁੱਤੇ ਨਹੀਂ ਰਹਿੰਦੇ ਤੁਹਾਡੇ ਵਾਂਗੂ ਉਹ ਤਾਂ ਮੈਂ ਦੇਖ ਦੂ ਕਿ ਮੜ ਮੋਟਾ ਬੋਲ ਦਿੰਦੀ ਸੀ ਤੁਸੀਂ ਤਾਂ ਮੈਂ ਦੇਖਿਆ ਭਈ ਤੁਹਾਨੂੰ ਕਈ ਚੀਜ਼ਾਂ ਐਨੀਆਂ ਤੁਹਾਡੀਆਂ ਆਪਣੀਆਂ ਲਿਖਤਾਂ ਮੈਨੂੰ ਪਤਾ ਨਹੀਂ ਤੁਸੀਂ ਕਿੱਦਾਂ ਯਾਦ ਕਰ ਲੈਂਦੇ ਆ ਸੋ ਉਹਨਾਂ ਉਹਨਾਂ ਦੇ ਵਿੱਚੋਂ ਕੁਝ ਲਾਈਨਾਂ ਸਾਡੀ ਅੱਛਾ ਜੀ ਲਾਈਨਾਂ ਮੈਂ ਜਰੂਰ ਸੁਣਾਉਂਗਾ ਇਹ ਨਵੀਆਂ ਲਾਈਨਾਂ ਅੱਜ ਭਲਕੇ ਹੀ ਕਹ ਲੋ ਭਈ 15 20 ਦਿਨਾਂ ਦੇ ਵਿੱਚ ਵਿੱਚ ਲਿਖੀਆਂ ਹਾਂ ਕਿ ਜਿੱਥੇ ਕੋਈ ਰੁੱਖ ਨਹੀਂ ਹੁੰਦਾ ਉੱਥੇ ਮਿਲਦੀ ਚੌਧਰ ਰਿੰਡਾਂ ਨੂੰ ਵਾਹ ਜੀ ਵਾਹ ਸ਼ਹਿਦ ਦੀ ਖਾਤਰ ਪਾਲ ਲਿਆ ਭਲੇਖੇ ਵਿੱਚ ਭਿੰਡਾ ਨੂੰ ਵਾਹ ਜੀ ਵਾਹ ਮੈਂ ਬੇਵਸ ਹੋ ਕੇ ਮੁੱਕ ਚੱਲਿਆ ਮੁੱਕ ਦਾ ਮੁੱਕ ਦਾ ਪਾਣੀ ਕਹਿ ਗਿਆ ਟਿੰਡਾ ਨੂੰ ਵਾਹ ਜੀ ਵੈਰੀ ਨਾਈਸ ਜ਼ਖਮ 84 ਵਾਲੇ ਖਵਰੇ ਭਰ ਜਾਂਦੇ ਜ਼ਖਮ 84 ਵਾਲੇ ਖਵਰੇ ਭਰ ਜਾਂਦੇ ਹਰ ਵਾਰ ਸਿਆਸਤ ਦਿੰਦੀ ਉਹ 체ੜ ਖਰਿੰਡਾ ਨੂੰ ਹੂੰ ਹੂੰ ਕਿੱਥੇ ਕੀ ਹੈ ਬਲਣਾ ਭੋਲਿਆ ਰੱਬ ਜਾਣੇ ਚੌਰ ਤੇ ਆ ਕੇ ਕਿਤੇ ਪਨਾਣਾ ਬੈਠੀ ਸਿੰਘਾ ਨੂੰ ਹੂੰ ਹੂੰ ਵੈਰੀ ਨਾਈਸ ਮੰਨਿਆ ਦਲੀਪ ਨਹੀਂ ਦਿੱਤਾ ਮੁੜਨ ਫਰੰਗੀਆਂ ਨੇ ਮੰਨਿਆ ਦਲੀਪ ਨਹੀਂ ਦਿੱਤਾ ਮੁੜਨ ਫਰੰਗੀਆਂ ਨੇ ਪਰ ਤੁਸੀਂ ਵੀ ਕਿਹੜਾ ਪਰਤੇ ਆਪਣੇ ਪਿੰਡਾਂ ਨੂੰ ਵਾਹ ਜੀ ਵਾਹ ਮਿਹਰਬਾਨੀ ਬਹੁਤ ਵਧੀਆ ਸੋ ਮੈਨੂੰ ਆਸ ਹੈ ਕਿ ਤੁਹਾਨੂੰ ਵੀ ਚੰਗਾ ਲੱਗੇਗਾ ਸਾਡੇ ਦਰਸ਼ਕਾਂ ਨੂੰ ਵੀ ਚੰਗਾ ਲੱਗਿਆ ਹੋਗਾ ਜੀ ਬਿਲਕੁਲ ਸੋ ਗੱਲਬਾਤ ਫਿਰ ਆਪਾਂ ਯਾਰੀ ਰੱਖੀਏ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਹਾਂਜੀ ਕਿ ਰਿਸ਼ਪਾਲ ਜੀ ਹੈਲਪ ਲਾਈਨ ਦੇ ਉੱਤੇ ਤੁਹਾਨੂੰ ਹੁਣ ਜਦੋਂ ਸਟੂਡੈਂਟ ਅਪਰੋਚ ਕਰਦੇ ਆ ਹਾਂਜੀ ਕਿਹੋ ਜਿਹੀਆਂ ਉਹ ਆਪਣੀਆਂ ਤਕਲੀਫਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਾਂ ਕਿ ਜਿਨ੍ਹਾਂ ਨੂੰ ਹੋਰ ਜਦੋਂ ਕਿਸੇ ਪ੍ਰੋਬਲਮ 'ਚ ਆ ਜਾਂਦੇ ਸਨ ਕਿ ਆਪਣੇ ਪੇਰੈਂਟਸ ਨੂੰ ਇੰਡੀਆ ਦੱਸਿਏ ਉਹ ਹੋਰ ਨਾ ਪਰੇਸ਼ਾਨ ਹੋਣ ਜਾਂ ਇੱਚੇ ਕਿਹਦੇ ਨਾਲ ਆਪਣੇ ਦਿਲ ਦੀ ਗੱਲ ਕਰੀਏ ਕਿ ਉਹਨਾਂ ਦਾ ਮਜ਼ਾਕ ਨਾ ਉੜ ਜਾਵੇ ਇਹੋ ਜਿਹੀਆਂ ਕੋਈ ਗੱਲਾਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੋ ਤੇ ਹਾਂਜੀ ਬਹੁਤ ਵਧੀਆ ਕੁਐਸਚਨ ਜਤਿੰਦਰ ਜੀ ਏ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸ ਚੱਕੀ ਹਾਂ ਕਿ ਬੱਚੀਆਂ ਨੇ ਕਾਫੀ ਖੁੱਲ ਕੇ ਉਹ ਫੋਨ ਕਰਦੀਆਂ ਆ ਜਦੋਂ ਆਪਣੀ ਪਰਸਨਲ ਗੱਲ ਸ਼ੇਅਰ ਕਰਦੀਆਂ ਆ ਤੇ ਮੈਂ ਪ੍ਰੋਮਿਸ ਕੀਤਾ ਹੈ ਉਹਨਾਂ ਨੂੰ ਕਿ ਉਹਨਾਂ ਦੀ ਜਿਹੜੀ ਇਹ ਪਰਸਨਲ ਲਾਈਫ ਹੈਗੀ ਆ ਉਹ ਉਹਦੀ ਪ੍ਰਾਈਵੇਸੀ ਜਿਹੜੀ ਹੈਗੀ ਉਹਨੂੰ ਬਿਲਕੁਲ ਕਾਇਮ ਰੱਖਿਆ ਜਾਊਗਾ ਸੋ ਪਹਿਲਾਂ ਪਹਿਲਾਂ ਤਾਂ ਜਿਹੜੇ ਬੱਚਿਆਂ ਦੇ ਕਾਲ ਆਏ ਆ ਤੇ ਇੱਕ ਜਤਿੰਦਰ ਜੀ ਮੈਨੂੰ ਅੱਜ ਤੱਕ ਮੈਂ ਇਹ ਸ਼ੇਅਰ ਕਰਨਾ ਚਾਹਾਂਗੀ ਬੜੀ ਮੈਨੂੰ ਖੁਸ਼ੀ ਹੋਈ ਆ ਕਿ ਕਿਸੇ ਵੀ ਬੱਚੇ ਨੇ ਜਦ ਬੱਚੀ ਨੇ ਫਾਈਨੈਂਸ਼ੀਅਲ ਹੈਲਪ ਨਹੀਂ ਮੰਗੀ ਸਿੱਧੀ ਹੂੰ ਉਹਨਾਂ ਨੇ ਇਹ ਕਿਹਾ ਕਿ ਵੀ ਸਾਨੂੰ ਪਹਿਲਾਂ ਪਹਿਲਾਂ ਕਈ ਕਾਲਸ ਆਈਆਂ ਆ ਉਹ ਕੁੜੀਆਂ ਆਈਆਂ ਸੀਗੀਆਂ ਇੱਥੇ ਬ੍ਰੈਂਪਟਨ ਸਾਈਡ ਤੇ ਯੂਜ਼ਲੀ ਠੀਕ ਹੈ ਜੀ ਉਹ ਆਈਆਂ ਮਾਰਚ ਦੇ ਵਿੱਚ ਫਰਵਰੀ ਦੇ ਵਿੱਚ ਆਂਦੀਆਂ ਨੂੰ ਕਰੋਨਾ ਸਟਾਰਟ ਹੋ ਗਿਆ ਹੂੰ ਕੰਮ ਨਹੀਂ ਮਿਲਿਆ ਉਹਨਾਂ ਨੂੰ ਤੇ ਉਹਨਾਂ ਕੁੜੀਆਂ ਨੇ ਸਿਰਫ ਰਿਕੁਐਸਟ ਕੰਮ ਦੀ ਕੀਤੀ ਉਹਨਾਂ ਨੇ ਇਹ ਨਹੀਂ ਕਿਹਾ ਸਾਨੂੰ ਪੈਸੇ ਚਾਹੀਦੇ ਆ ਸਾਡੀ ਐਦਾ ਹੈਲਪ ਕਰ ਦਿਓ ਨੋ ਤੇ ਹੋਰ ਵੀ ਜਿਹੜੇ ਇੱਥੇ ਲੜਕਿਆਂ ਦੇ ਵੀ ਫੋਨ ਆਏ ਆ ਉਹਨਾਂ ਨੇ ਵੀ ਬਿਲਕੁਲ ਇਹੀ ਕਿਹਾ ਭਈ ਸਾਨੂੰ ਜੇ ਤੁਸੀਂ ਕੰਮ ਦਵਾ ਸਕਦੇ ਆ ਤੇ ਕੰਮ ਮੈਂ ਥੈਂਕ ਯੂ ਕਰਨਾ ਚਾਹਾਂਗੀ ਜਿਹੜੇ ਸਾਡੇ ਬਿਜ਼ਨਸmen ਹੈਗੇ ਆ ਇੱਥੇ ਵੀ ਤੇ ਬ੍ਰੈਂਟਨ ਸਾਈਡ ਤੇ ਵੀ ਉਹ ਕਾਫੀ ਉਹਨਾਂ ਨੇ ਵੀ ਮੈਨੂੰ ਆ ਕੇ ਅਪਰੋਚ ਕੀਤਾ ਕਿ ਰਿਸ਼ਵਾਲੀ ਸਾਡੇ ਲਈ ਕੋਈ ਕੰਮ ਹੋਇਆ ਤਾਂ ਤੁਸੀਂ ਜ਼ਰੂਰ ਦੱਸਣਾ ਸੋ ਉਹਨਾਂ ਨੂੰ ਵੀ ਮੈਂ ਹੀ ਰਿਕਵੈਸਟ ਕੀਤੀ ਕਿ ਜਿੱਥੇ-ਜਿੱਥੇ ਮੈਨੂੰ ਲੋਡ ਪਾਊਗੀ ਮੈਂ ਬੱਚੀਆਂ ਤੁਹਾਨੂੰ ਜਬ ਬੱਚੇ ਆਂਦਾ ਦੱਸੂਗੀ ਉਹਨਾਂ ਨੂੰ ਕੰਮ ਦੇ ਦਿਓ ਤੇ ਉਹਨਾਂ ਨੇ ਬਹੁਤ ਵਧੀਆ ਹਲੇ ਤੱਕ ਸਾਥ ਦੇ ਦਿੰਦੇ ਆ ਰਹੇ ਨੇ ਤੇ ਦੂਜੀ ਗੱਲ ਕਿ ਜਿਹੜੀ ਬੱਚੀਆਂ ਨੇ ਮੈਨੂੰ ਨਾਲ ਸ਼ੇਅਰ ਕੀਤੀ ਆ ਜਿਵੇਂ ਤੁਸੀਂ ਕਿਹਾ ਜਤਿੰਦਰ ਜੀ ਪਹਿਲਾਂ ਕਿ ਜਦੋਂ ਬੱਚੀਆਂ ਆ ਇਹ ਉਹਨਾਂ ਦੇ ਪੇਰੈਂਟਸ ਦੂਰ ਆ ਕੋਈ ਵੀ ਤਾਈ ਚਾਚੇ ਹੋ ਗਏ ਮਾਮੇ ਮਾਸੀਆਂ ਦੂਰ ਬੈਠੇ ਆ ਤੇ ਸਾਡਾ ਕਲਚਰ ਵੀ ਇਹੋ ਜਿਹਾ ਰਿਹਾ ਆ ਸਾਡੀ ਪਰਵਰਿਸ਼ ਵੀ ਇਦਾਂ ਦੀ ਹੋਈ ਆ ਇਵਨ ਮੇਰੀ ਵੀ ਕਿ ਜਦੋਂ ਕੋਈ ਸਾਡੇ ਨਾਲ ਘਾਟੀਵਾਦੀ ਹੁੰਦੀ ਸੀ ਕਹਿਣਾ ਤੁਸੀਂ ਚੁੱਪ ਕਰ ਜਾਓ ਹਾਂ ਹੈਨਾ ਤੇ ਆਪਣੇ ਦਿਲ ਦੀ ਗੱਲ ਅਸੀਂ ਕਿਸੇ ਨੂੰ ਨਹੀਂ ਦੱਸਣੀ ਜੇ ਸਾਡੇ ਨਾਲ ਕੋਈ ਵੱਧੀ ਗੱਲ ਕਰ ਵੀ ਗਿਆ ਕੋਈ ਛੇੜਛਾੜ ਹੋ ਗਈ ਜਾਂ ਹੋਰ ਐਕਸਪਲੋਇਟੇਸ਼ਨ ਹੋ ਗਈ ਹੈਨਾ ਤੇ ਕੁੜੀਆਂ ਨੂੰ ਤੇ ਕੁੜੀਆਂ ਵੀ ਐਕਚੁਅਲੀ ਅਸੀਂ ਇਹੀ ਸੋਚਦੀਆਂ ਆ ਜਿਹੜੀਆਂ ਅੱਜ ਵੀ ਬੱਚੀਆਂ ਹੈਗੀਆਂ ਆ ਕਿ ਕੱਲ ਨੂੰ ਸਾਡੇ ਰਿਸ਼ਤੇ ਹੋਣੇ ਆ ਜੀ ਜੀ ਜਾਂ ਕੋਈ ਗੱਲ ਐਦਾਂ ਦੀ ਹੋੜ ਗਈ পিছে মা-ਪੇ ਨੂੰ ਤੰਗ ਕਰੂਗੇ ਲੋਕ ਵੀ ਤੁਹਾਡੀ ਕੁੜੀ ਤੁਸੀਂ ਤਾਂ ਬੜੇ ਮਾਣ ਨਾਲ ਬਾਹਰ ਭੇਜੀ ਉੱਥੇ ਜਾ ਕੇ ਆਹ ਚੀਜ਼ਾਂ ਹੁੰਦੀਆਂ ਸੋ ਉਹ ਕਈ ਗੱਲਾਂ ਆ ਜਿਹੜੀਆਂ ਆਪਣੇ ਪੇਰੈਂਟਸ ਨੂੰ ਵੀ ਨਹੀਂ ਦੱਸ ਕੇ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਦੁਖੀ ਕਰਨਾ ਚਾਹਦੀਆਂ ਸੋ ਇੱਕ ਜਸਟ ਇੱਕ ਜਿਹੜਾ ਨਾ ਜਤਿੰਦਰ ਜੀ ਬਿਸ਼ਾ ਕੁ ਤੁਸੀਂ ਹੋਰ ਕੋਈ ਹੈਲਪ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਸਿਰਫ ਬੱਚੇ ਨੂੰ ਧਿਆਨ ਨਾਲ ਸੁਣ ਲੈਣਾ ਜੀ ਉਹਦੇ ਬਾਰੇ ਉਹਦੀ ਮੁਸ਼ਕਲ ਬਾਰੇ مشورہ ਤੁਸੀਂ ਕੋਈ ਦੇ ਦੇਣਾ ਹੈਨਾ ਤੇ ਉਹ ਸਾਰਿਆਂ ਨਾਲ ਵੱਡੀ ਗੱਲ ਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਮੈਂ ਬੱਚਿਆਂ ਨੂੰ ਹਮੇਸ਼ਾ ਇਹੀ ਕਹਿੰਦੀ ਰਾਵਾਂਗੀ ਕਿ ਗਾਹਾਂ ਵੀ ਫਿਊਚਰ ਦੇ ਵਿੱਚ ਮੈਨੂੰ ਅਪਰੋਚ ਕਰਨ ਤੇ ਜਿੱਥੇ ਅਸੀਂ ਉਹਨਾਂ ਦੀ ਕੰਮ ਦੇ ਨਾਲ ਹੈਲਪ ਕਰਾਂਗੇ ਉੱਥੇ ਮੇਰੀ ਟੀਮ ਦੇ ਵਿੱਚ ਡਾਕਟਰ ਵੀ ਹੈਗੇ ਆ ਸਾਈਕੋਲੋਜਿਸਟ ਹੈਗੇ ਆ ਤੇ ਜਿਹੜੇ ਕਹਿੰਦੇ ਫ੍ਰੀ ਆਫ ਕਾਸਟ ਅਸੀਂ ਤੁਹਾਨੂੰ ਜੇ ਕੋਈ ਤਰੀਕ ਕੋਈ ਦਿਮਾਗੀ ਮੈਂਟਲੀ ਪ੍ਰੋਬਲਮ ਹੈ ਤੁਹਾਨੂੰ ਸਟ्रेस ਹੈ ਤਾਂ ਤੁਹਾਨੂੰ ਮਸ਼ਵਰਾ ਦਿੱਤਾ ਜਾਊਗਾ ਟੀਚਰਸ ਹੈਗੇ ਆ ਈਵਨ ਜੇ ਤੁਹਾਨੂੰ ਕਿਸੇ ਕਾਨੂੰਨੀ ਹੈਲਪ ਚਾਹੀਦੀ ਆ ਉਹ ਵੀ ਅਸੀਂ ਫ੍ਰੀ ਆਫ ਕਾਸਟ ਤੁਹਾਨੂੰ ਉਹਦੀ ਹੈਲਪ ਦਵਾਂਗੇ ਸੋ ਇਹੋ ਜਈਆਂ ਕਾਲਾਂ ਜ਼ਿਆਦਾ ਆਈਆਂ ਤੇ ਜਿਹਦੇ ਵਿੱਚ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਕਿ ਖੁਸ਼ੀ ਦੀ ਗੱਲ ਇਹ ਆ ਕਿ ਉਹਨਾਂ ਨੇ ਫਾਈਨੈਂਸ਼ੀਅਲ ਹੈਲਪ ਕੋਈ ਨਹੀਂ ਮੰਗੀ ਪੈਸੇ ਦੀ ਕੋਈ ਡਿਮਾਂਡ ਨਹੀਂ ਉਹ ਹਾਰਡ ਵਰਕਿੰਗ ਕਿਡਸ ਹੈਗੇ ਆ ਸੋ ਵੀ ਸ਼ੁੱਡ ਸਪੋਰਟ ਥੈਮ ਟੂ ਅਰਸ਼ਪਾਲ ਜੀ ਇਹਦੇ ਨਾਲ ਨਾਲ ਖੈਰੇ ਸਵਾਲ ਤਾਂ ਮੇਰਾ ਹੀ ਆ ਪਰ ਚਾਹਨਾ ਕਿ ਆਪਾਂ ਸਾਂਝਾ ਹੀ ਪੁੱਛ ਲਈਏ ਜਾਂ ਲੋਕਾਂ ਦੀ ਪਹੁੰਚਾ ਦਈਏ ਜਿਵੇਂ ਕਿ ਇੰਡੀਆ ਤੋਂ ਬੱਚੇ ਇੱਥੇ ਆਉਂਦੇ ਆ ਹਾਂਜੀ ਕਈ ਪਰਿਵਾਰਾਂ ਨੂੰ ਮੈਂ ਜਾਣਦਾ ਉਹ ਕੀ ਕਰਦੇ ਆ ਕਿ ਬੱਚੇ ਇੰਟੈਲੀਜੈਂਟ ਹੁੰਦੇ ਆ ਖਾਸ ਕਰਕੇ ਬੱਚੀਆਂ ਬਿਲਕੁਲ ਉਹ ਉਹਨਾਂ ਦੇ ਮਾਰਕਸ ਵਗੈਰਾ ਵਧੀਆ ਹੁੰਦੇ ਆ ਉਹ ਵਾਈਲਟਸ ਬਰੀ ਈਜ਼ੀ ਕਰ ਲੈਂਦੀਆਂ ਉਹ ਯੂਨੀਵਰਸਿਟੀ ਵੀ ਲੱਭ ਲੈਂਦੀਆਂ ਪਰ ਪੇਰੈਂਟ ਤੇ ਬੱਚਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਇੱਥੇ ਲਾਈਫ ਕਿਹੋ ਜਿਹੀ ਆ ਹੂੰ ਹੂੰ ਕਿਸ ਤਰ੍ਹਾਂ ਰਹਿਣਾ ਹਾਂਜੀ ਮੈਂ ਚਾਹੁੰਗਾ ਕਿ ਤੁਸੀਂ ਇਹ ਪੇਰੈਂਟ ਜੋ ਇੰਡੀਆ ਦੇ ਵਿੱਚ ਨੇ ਉਹਨਾਂ ਨੂੰ ਵੀ ਇਹ ਦੱਸਿਆ ਜਾਵੇ ਬੇਸ਼ੱਕ ਜੇ ਤੁਹਾਡੇ ਕੋ ਰਿਸ਼ਤੇਦਾਰ ਇੱਥੇ ਹੈਗੇ ਆ ਤੁਹਾਡੇ ਬੱਚੇ ਨੂੰ ਆਉਂਦੇ ਨੂੰ ਥੋੜਾ ਚਿਰ ਲਈ ਸਾਂਭ ਸਕਦੇ ਆ ਜਾਂ ਪਹਿਲਾਂ ਬੱਚੇ ਜਿਹੜੇ ਆਏ ਹੋ ਆ ਮਚੋਰ ਬੱਚੇ ਉਹ ਸਾਂਭ ਲੈਣ ਕੇ ਫੇਰ ਠੀਕ ਆ ਪਰ ਕਈ ਬਿਲਕੁਲ ਇਹਨੂੰ ਸੈਂਟ ਹੁੰਦੇ ਆ ਦੇਖੋ ਦੇਖੀ ਜੇ ਫਲਾਣੇ ਦਾ ਬੱਚਾ ਗਿਆ ਸਾਡੇ ਬੱਚੇ ਨੇ ਵੇਲੇਟ ਕਰ ਲਈ ਇਹ ਵੀ ਜਾਊਗਾ ਕੈਨੇਡਾ ਕਿੱਥੇ ਸਰੀ ਕਿੱਥੇ ਕਿੱਦਾਂ ਰਹਿਣਾ ਜਾ ਕੇ ਇਹਦੇ ਬਾਰੇ ਕੁਝ ਨਹੀਂ ਪਤਾ ਬਿਲਕੁਲ ਜੀ ਸੋ ਇਹੋ ਜੀ ਅਵੇਅਰਨੈਸ ਮੈਂ ਚਾਹੁੰਗਾ ਕਿ ਸ਼ਾਇਦ ਮੇਰੀ ਗੱਲ ਵੀ ਪਹੁੰਚ ਗਈ ਆ ਤੁਸੀਂ ਮੈਂ ਚਾਹੁੰ ਅਗੇ ਲਈ ਹੁਣ ਤੋਂ ਬਾਅਦ ਵੀ ਉਹਨਾਂ ਤੱਕ ਇਹ ਗੱਲ ਪਹੁੰਚ ਜਾਵੇ ਜਦੋਂ ਵੀ ਤੁਸੀਂ ਬੱਚੇ ਨੂੰ ਆਪਣੇ ਨੂੰ ਜਿੱਥੇ ਵੀ ਭੇਜਣਾ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਵੀ ਆਸਟ੍ਰੇਲੀਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਬੱਚੇ ਨੇ ਜਾਣਾ ਕਿੱਥੇ ਆ ਉਹਨੂੰ ਕਿੰਨੇ ਕੁ ਪੈਸੇ ਚਾਹੀਦੇ ਕਿੱਦਾਂ ਰਹੇਗਾ ਕਿਹਨਾਂ ਨਾਲ ਸੈੱਟ ਹੋਏਗਾ ਇਹ ਜ਼ਰੂਰੀ ਹੈ ਜੀ ਸਾਰਿਆਂ ਨੂੰ ਬਹੁਤ ਵਧੀਆ ਗੱਲ ਐ ਐਕਚੁਅਲੀ ਜਤਿੰਦਰ ਜੀ ਕਿਉਂਕਿ ਹੁਣ ਆਪਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਤਾਂ ਪਤਾ ਹੀ ਆ ਜੀ ਜੀ ਅਸੀਂ ਵੀ ਇੱਥੇ ਆਏ ਸੀ ਅਸੀਂ ਕਈ ਦਿਹਾਕਿਆਂ ਪਹਿਲਾਂ ਆ ਗਏ ਆਂ ਜੇ ਹੁਣ ਅਸੀਂ ਐਵੇਂ ਝੂਠ ਮਾਰੀ ਜਾਈਏ ਕਿ ਅਸੀਂ ਬਹੁਤ ਵੱਡੇ ਲੈਂਡਲੋਰਡ ਸੀ ਜਾਂ ਕਿਸੇ ਤਰ੍ਹਾਂ ਸੀ ਜੀ ਜੀ ਆਪਾਂ ਸਾਰਿਆਂ ਨੂੰ ਪਤਾ ਜੀ ਜੀ ਹੋ ਸਕਦਾ ਕੋਈ ਮਿਡਲ ਕਲਾਸ ਤੋਂ ਹੋਵੇ ਕੋਈ ਅਪਰ ਮਿਡਲ ਕਲਾਸ ਤੋਂ ਹੋਵੇ ਇੰਨਾ ਕੀ ਫਰਕ ਹੋਣਾ ਆਪਾਂ ਸਾਰਿਆਂ ਦੇ ਵਿੱਚ ਤੇ ਹੁਣ ਵੀ ਜੋ ਪੰਜਾਬ ਦੇ ਹਾਲਾਤ ਆ ਉਹੀ ਇਹ ਬੱਚੇ ਪੜ ਕੇ ਉੱਥੋਂ ਜਦੋਂ ਆਉਂਦੇ ਆ ਤਾਂ ਬਿਲਕੁਲ ਮាលੀ ਹਾਲਤ ਬਹੁਤ ਹੀ ਠੀਕ ਨਹੀਂ ਹੈਗੀ ਬਟ ਸਟਿਲ ਪੇਰੈਂਟਸ ਨੂੰ ਬਿਲਕੁਲ ਇਹ ਖਿਆਲ ਰੱਖਣਾ ਚਾਹੀਦਾ ਕਿ ਕਿਹੋ ਜਿਹਾ ਮਾਹੌਲ ਦੇ ਵਿੱਚ ਉਹ ਨਹੀਂ ਜਾਣਾ ਹੈ ਤੇ ਥੋੜੇ ਜੇ ਐਕਸਟਰਾ ਫਾਈਨੈਂਸ਼ੀਅਲ ਸਪੋਰਟ ਉਹਨਾਂ ਨੂੰ ਹੋਵੇ ਤੇ ਬੱਦ ਤੋਂ ਬੱਦ ਪਤਾ ਕੀਤਾ ਜਾਵੇ ਕਿ ਜੇ ਇੱਥੇ ਇੱਕ ਦੋ ਰਿਸ਼ਤੇ ਰਿਸ਼ਤੇਦਾਰ ਹੈਗੇ ਆ ਇੱਕ ਰਿਸ਼ਤੇਦਾਰ ਨਾ ਹੋਵੇ ਇੱਕ ਦੋ ਤਿੰਨ ਹੋਣ ਤੇ ਜਿੱਥੇ ਜਾਨਕਿ ਇੱਕ ਨਹੀਂ ਹੈਲਪ ਕਰ ਸਕਿਆ ਤਾਂ ਦੂਸਰੇ ਦੇ ਕੋਲ ਚਲ ਜਾਣ ਤੇ ਇਹ ਇੱਕ ਆਈ نو ਟਾਈਮ ਹੋ ਰਿਹਾ ਆ ਮੈਂ ਇੱਕ ਕੁਇਕ ਹੋਰ ਐਡ ਕਰਨਾ ਚਾਹਾਂਗੀ ਕਿ ਪੇਰੈਂਟਸ ਦੇ ਵੀ ਬਹੁਤ ਕਾਲ ਆਈਆਂ ਆ ਠੀਕ ਹੈ ਜੋ ਜਿਨੇ ਨੇ ਇਹ ਬਹੁਤ ਸ਼ਾਬਾਸ਼ ਦਿੱਤੀ ਆ ਉਹ ਕਹਿੰਦੇ ਪਈ ਤੁਸੀਂ ਇੰਨਾ ਸੋਹਣਾ ਕੰਮ ਕਹਿੰਦੇ ਹੁਣ ਸਾਡਾ ਥੋੜਾ ਫਿਕਰ ਘਟ ਗਿਆ ਆ ਕਿ ਕੈਨੇਡਾ ਦੇ ਵਿੱਚ ਵੀ ਇਦਾਂ ਦੇ ਲੋਕ ਹੈਗੇ ਆ ਕਿ ਜਿਹੜੇ ਸਾਡੇ ਬੱਚਿਆਂ ਨੂੰ ਵੈਲਕਮ ਕਰਦੇ ਆ ਬਿਲਕੁਲ ਸੋ ਮੇਰੀ ਸਾਰਿਆਂ ਨੂੰ ਰਿਕੁਐਸਟ ਆ ਕਿ ਆਓ ਅਸੀਂ ਖੁੱਲੀਆਂ ਬਾਹਾਂ ਦੇ ਨਾਲ ਇਹਨਾਂ ਬੱਚਿਆਂ ਦਾ ਸਵਾਗਤ ਕਰੀਏ ਇਹ ਸਾਡੇ ਬੱਚੇ ਆ ਕਿਸੇ ਹੋਰ ਪਲੈਨਟ ਤੋਂ ਨਹੀਂ ਆਏ ਸੋ ਇਹਨਾਂ ਦਾ ਰੱਜ ਕੇ ਸਾਥ ਦਿਓ ਬੜੀ ਮਿਹਰਬਾਨੀ ਸੁਪਾਲ ਜੀ ਟਾਈਮ ਕੱਢਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਹਾਡਾ ਵੀ ਜਤਿੰਦਰ ਜੀ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ